ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸਰਵਨ ਸਿੰਘ ਫਿਲੌਰ ਅੱਜ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਫਿਲੌਰ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ। ਉਹਨਾਂ ਕੱਲ੍ਹ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਸਾਬਕਾ ਜੇਲ੍ਹ ਮੰਤਰੀ ਸਰਵਨ ਸਿੰਘ ਫਿਲੌਰ ਅਕਾਲੀ ਦਲ ਵੱਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਪਾਰਟੀ ਵੱਲੋਂ ਨਾਰਾਜ਼ ਸਨ। ਉਹਨਾਂ ਵੀਰਵਾਰ ਸ਼ਾਮੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫਾ ਭੇਜ ਦਿੱਤਾ। ਸਰਵਨ ਸਿੰਘ ਫਿਲੌਰ ਦੁਆਬੇ ਦੇ ਪੁਰਾਣੇ ਦਿੱਗਜ ਆਗੂਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਹ 6 ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਅਕਾਲੀ ਦਲ ਐਸਸੀ ਵਿੰਗ ਦੇ ਵਾਈਸ ਪ੍ਰੈਜ਼ੀਡੈਂਟ ਸੌਰੀ ਆਈ ਐਮ ਆਊਟ ਆਫ ਕਾਫੀ ਵਿਦ ਅਕਾਲੀ ਦਲ ਸੌਰੀ ਸਰਦਾਰ ਗੁਰਵੀਰ ਸਿੰਘ ਸ਼ਿਸ਼ੋਵਾਲ ਸਰਕਲ ਪ੍ਰੈਜ਼ੀਡੈਂਟ ਬਲੌਰ ਤੋਂ ਅਕਾਲੀ ਦਲ ਦੇ ਜੀ ਬਲੌਕ ਪ੍ਰੈਜ਼ੀਡੈਂਟ ਅਜੈਬ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਿਸ਼ੋਵਾਲ ਬਲੌਕ ਮੇਰੇ ਨਾਲ 1985 ਵਿੱਚ ਅਸੀਂ ਇਕੱਠੇ ਕਮਲਜੀਤ ਸਿੰਘ ਜੀ ਘੁੰਮਣ ਸਰਦਾਰ ਕਮਲਜੀਤ ਸਿੰਘ ਘੁੰਮਣ ਭਾਜੀ ਪਿੰਡ ਜਮਾਲਪੁਰ ਸਰਦਾਰ ਹਰਨੇਕ ਸਿੰਘ ਰਾਣਾ ਦੁਸਾਂਝ ਸੁਖਪਾਲ ਸਿੰਘ ਜੀ ਰੂਪੀ ਸਾਡੇ ਸਰਪੰਚ ਸਾਹਿਬ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਲਈ ਅਲਵਿਦਾ ਕਹਿ ਦਿੱਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੇ ਉਹਦੇ ਪ੍ਰਿੰਸੀਪਲ ਮੁੱਢਲੇ ਬੇਸਿਕ ਪ੍ਰਿੰਸੀਪਲ ਮੁੱਢਲੇ ਸਿਧਾਂਤ ਤੋਂ ਉਹ ਉੱਖੜ ਗਿਆ ਕਿਉਂਕਿ ਅਕਾਲੀ ਦਲ ਜਦੋਂ 1920 'ਚ ਬਣਾਇਆ ਗਿਆ ਉਹਦੇ ਜਿਹੜੇ ਮੇਨ ਮਕਸਦ ਸਨ ਉਹ ਸੀ ਵੀ ਇੱਕ ਤਾਂ ਜਿਹੜਾ ਦਲਿਤ ਭਾਈਚਾਰਾ ਉਹਨਾਂ ਦਾ ਸਮਾਜ ਦੇ ਵਿੱਚ ਅਪਮਾਨ ਹੁੰਦਾ ਸੀ ਅਤੇ ਉਹਨਾਂ ਦੇ ਅਪਮਾਨ ਨੂੰ ਸਨਮਾਨ 'ਚ ਬਦਲਣ ਲਈ ਅਤੇ ਸਮਾਨਤਾ 'ਚ ਬਦਲਣ ਲਈ ਸ਼੍ਰੋਮਣੀ ਅਕਾਲੀ ਦਲ 1920 'ਚ ਬਣਾਇਆ ਗਿਆ ਅਤੇ ਇਸ ਕਰਕੇ ਵੀ ਬਣਾਇਆ ਗਿਆ ਕਿ ਹਰ ਧਰਮ ਨੂੰ ਜਿਹੜਾ ਹਰ ਧਰਮ ਹੈ ਉਹ ਸੁਰੱਖਿਅਤ ਹੋ ਅਤੇ ਭਾਈਚਾਰਕ ਸਾਂਝ ਜਿਹੜੀ ਆ ਉਹ ਮਜ਼ਬੂਤ ਰਹੇ ਲੁਟੇਰਿਆਂ ਅਤੇ ਧਾੜਵੀਆਂ ਤੋਂ ਪੰਜਾਬ ਨੂੰ ਅਤੇ ਦੇਸ਼ ਨੂੰ ਬਚਾਇਆ ਪਰ ਅੱਜ ਇਹ ਸਾਰੇ ਸਿਧਾਂਤਾਂ ਤੋਂ ਅਕਾਲੀ ਦਲ ਜਿਹੜਾ ਹੈ ਨਾ ਉਹ ਇਹਨਾਂ ਸਾਰਿਆਂ ਨੂੰ ਛੱਡ ਗਿਆ ਇਹ ਸਾਰੇ ਸਿਧਾਂਤ ਛੱਡਣ ਤੋਂ ਬਾਅਦ ਬਾਬਾ ਖੜਕ ਸਿੰਘ ਜੀ ਪ੍ਰਧਾਨ ਰਹੇ ਸੰਤ ਫਤਿਹ ਸਿੰਘ ਜੀ ਮਾਸਟਰ ਤਾਰਾ ਸਿੰਘ ਜੀ ਜਹਿਦਰ ਮੋਹਨ ਸਿੰਘ ਸੰਤ ਚੰਦ ਸਿੰਘ ਲੌਂਗੋਵਾਲ ਅਤੇ ਜਹਿਦਰ ਤਲਵੰਡੀ ਸਾਹਿਬ ਅਤੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਬਿਊਰੋ ਰਿਪੋਰਟ ਪੰਜਾਬ ਨਾਓ।